ਹੋਟਲ ਦੇ ਵਿੱਚ ਬੈਠੀ ਸੀ ਫੌਜੀ ਦੇ ਘਰ ਵਾਲੀ ਅਤੇ ਫੌਜੀ ਆਇਆ ਬਿਨਾਂ ਦੱਸੇ ਛੁੱਟੀ 3 ਸਾਲਾਂ ਬਾਅਦ। ਜਦੋਂ ਫੌਜੀ ਨੇ ਹੋਟਲ ਦੇ ਵਿੱਚ ਐਂਟਰ ਕੀਤਾ ਤਾਂ ਉਸਦੇ ਘਰ ਵਾਲੀ ਬੈਠੀ ਸੀ ਹੋਟਲ ਦੇ ਵਿੱਚ ਆਪਣੀ ਸੱਸ ਦੇ ਨਾਲ। ਜੱਥੇ ਕੀ ਦੋਸਤੋ, ਜਦੋਂ ਫੌਜੀ ਨੂੰ ਪਤਾ ਲੱਗਿਆ ਕਿ ਇਹ ਤਾਂ ਸ਼ਾਇਦ ਮੇਰੀ ਹੀ ਪਤਨੀ ਹੈ, ਅਤੇ ਉੱਥੇ ਹੀ ਮੌਕੇ 'ਤੇ ਫੌਜੀ ਪਿੱਛੋਂ ਦੀ ਆ ਕੇ ਚੋਰੀਓ ਚੋਰੀਓ ਦੇਖਦਾ ਅਤੇ ਆਪਣੀ ਪਤਨੀ ਨੂੰ ਪਾ ਲੈਂਦਾ ਜੱਫੀ 'ਤੇ। ਜੱਥੇ ਕੀ ਦੋਸਤੋ, ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਹੋ ਗਈ ਵਾਇਰਲ ਅਤੇ ਤੁਸੀਂ ਇਸ ਵੀਡੀਓ ਦੇ ਵਿੱਚ ਸਾਫ਼ ਸਾਫ਼ ਦੇਖ ਸਕਦੇ ਹੋ। ਬੇਸ਼ੱਕ ਦੋਸਤੋ, ਵਿਦੇਸ਼ਾਂ ਅਤੇ ਫੌਜ ਦੇ ਵਿੱਚ ਜੋਬ ਕਰਦੇ ਫੌਜੀਆਂ ਦੇ ਲਈ ਜਦੋਂ ਪਰਿਵਾਰ ਦੇ ਵਿੱਚ ਵਾਪਸ ਆਉਂਦੇ ਹਨ ਤਾਂ ਪਰਿਵਾਰ ਨੂੰ ਵੀ ਬੇਹੱਦ ਹੈਰਾਨੀ ਹੋ ਜਾਂਦੀ ਹੈ ਜਦੋਂ ਕਿ ਬਿਨਾਂ ਦੱਸਿਆ ਆਉਂਦਾ ਹੈ। ਉੱਥੇ ਦੋ ਤੋਂ ਇਸ ਫੌਜੀ ਵੀਰ ਨੇ ਵੀ ਆਪਣੇ ਪਰਿਵਾਰ ਨੂੰ ਇੱਕ ਸਰਪ੍ਰਾਈਜ਼ ਦੀ ਤਰ੍ਹਾਂ ਦਿੱਤਾ। ਜਿੱਥੇ ਕਿ ਦੋ ਤੋਂ ਇਸ ਫੌਜੀ ਦੇ ਪਰਿਵਾਰ ਨੂੰ ਨਹੀਂ ਸੀ ਪਤਾ ਕਿ ਉਸਦੀ ਕੀ ਸ਼ਾਇਦ ਉਹ ਅੱਜ ਘਰ ਵਿੱਚ ਆਵੇਗਾ। ਜਿੱਥੇ ਕਿ ਦੋਸਤੋ, ਪਰਿਵਾਰ ਵੀ ਇੱਕ ਸ਼ਹਿਰ ਦੇ ਵਿੱਚ ਗਿਆ ਹੋਇਆ ਸੀ ਜਿੱਥੇ ਕਿ ਕੁਝ ਸਮਾਨ ਜਾਂ ਕੁਝ ਸ਼ੋਪਿੰਗ ਦੇ ਲਈ ਸੀ, ਪਰ ਅਚਾਨਕ ਉਹਨਾਂ ਨੂੰ ਉਹਨਾਂ ਦਾ ਪਰਿਵਾਰ ਦਾ ਇੱਕ ਮੈਂਬਰ ਮਿਲਿਆ ਅਤੇ ਪਰਿਵਾਰ ਦੇ ਲਈ ਬੇਹੱਦ ਖੁਸ਼ੀ ਵਾਲਾ ਦਿਨ ਹੋਵੇਗਾ। ਕੀ ਦੋਸਤੋ, ਤੁਸੀਂ ਇਸ